ਦੀ ਮਰਜ਼ੀ ਆਵੇ ਹਥਿਆਰ ਮੂਹਰੇ ਹੈਗਾ ਪਹਿਲਾਂ ਹੀ ਅੱਠੇ ਪੱਖਾਂ ਦੇ ਉੱਤੋਂ ਅੱਠ ਪੱਖ ਨੇ ਮੈਦਾਨ ਦੇ ਵਿੱਚ ਅੱਠ ਦਿਸ਼ਾਵਾਂ ਨੇ ਕੁੱਲ ਦਿਸ਼ਾਵਾਂ 10 ਮਰੀਆਂ ਜਾਂਦੀਆਂ ਨੇ ਇੱਕ ਆਕਾਸ਼ ਇੱਕ ਪਤਾਲ ਅੱਠ ਚਾਰ ਖੁੰਜੇ ਪੂਰਬ ਪੱਛਮ ਉੱਤਰ ਦੱਖਣ ਚਾਰੇ ਕੋਣੇ ਇਹ ਅੱਠ ਦਿਸ਼ਾਵਾਂ ਨੇ ਫਿਰ ਇੱਕ ਆਕਾਸ਼ ਇੱਕ ਪਤਾਲ 10 ਦਿਸ਼ਾਵਾਂ ਨੇ 10 ਦਿਸ਼ਾਵਾਂ ਮਰੀਆਂ ਨੇ ਅੱਠਾਂ ਹੀ ਪੱਖਾਂ 'ਤੇ ਤੇਰੇ ਅੱਠਾਂ ਹੀ ਹੱਥਾਂ 'ਚ ਹਥਿਆਰ ਅਜੈ ਜੈ ਕਿਤੇ ਕੇਸ ਹੁਣ ਤੇ ਪਛਾਰੇ ਅਜੈ ਜਿਹੜੇ ਆਪ ਨੂੰ ਕਹਿੰਦੇ ਸੀ ਨਾ ਆਪਣੇ ਆਪ ਨੂੰ ਮੰਨਦੇ ਤੇ ਵੀ ਇਹ ਨਹੀਂ ਜਿੱਤੇ ਜਾ ਸਕਦੇ ਬੜੇ ਬੜੇ ਗੁਰੂ ਸੀ ਬਣੇ ਹੋਏ ਗੋਰਖਨਾਥ ਵਰਗੇ ਝੰਡੇ ਲਈ ਫਿਰਦੇ ਸੀ ਸਾਡੇ ਨਾਲ ਕੋਈ ਗਿਆਨ ਚਰਚਾ ਝੰਡੇ ਦਾ ਮਤਲਬ ਨਾ ਗਿਆਨ ਚਰਚਾ ਕਰੋ ਸਾਡੇ ਨਾਲ ਝੰਡੇ ਦਾ ਮਤਲਬ ਹੋਰ ਕੋਈ ਨਹੀਂ ਹੁੰਦਾ ਰਾਜੇ ਦੇ ਝੰਡੇ ਦਾ ਮਤਲਬ ਹੁੰਦਾ ਸਾਡੇ ਨਾਲ ਜੰਗ ਕਰੋ ਰਾਜ ਸਾਡਾ ਜਿਹੜਾ ਧਰਮ ਦਾ ਝੰਡਾ ਹੁੰਦਾ ਉਹਦਾ ਮਤਲਬ ਹੁੰਦਾ ਰਾਜ ਇਸ ਧਰਮ ਦਾ ਜਿਹੜਾ ਸਾਡਾ ਹੈ ਵੀ ਸਾਡਾ ਗਿਆਨ ਚਰਚਾ ਕਰੋ ਜਾਂ ਸਾਨੂੰ ਹਰਾ ਦਿਓ ਸਾਡਾ ਝੰਡਾ ਨਹੀਂ ਬਸ ਤੁਹਾਡਾ ਉੱਚਾ ਜਾਂ ਤਾਂ ਸਾਨੂੰ ਗਿਆਨ ਚਰਚਾ ਜਿੱਤ ਲਓ ਜੇ ਅਸੀਂ ਜਿੱਤ ਕੇ ਰਾਜ ਸਾਡਾ ਜੇ ਤੁਸੀਂ ਜਿੱਤ ਕੇ ਰਾਜ ਤੁਹਾਡਾ ਇਹ ਗਿਆਨ ਚਰਚਾ ਦਾ ਹੁੰਦਾ ਗੁਰੂ ਘਰ ਦੇ ਵੀ ਜਿਹੜਾ ਨਿਸ਼ਾਨ ਹੈ ਸਾਡਾ ਰਾਜ ਦਾ ਥੋੜ੍ਹੀ ਨਿਸ਼ਾਨ ਹੈ ਇਹ ਤਾਂ ਪਰਮੇਸ਼ਰ ਦੇ ਰਾਜ ਦਾ ਨਿਸ਼ਾਨ ਹੈ ਸੱਚ ਦੇ ਰਾਜ ਦਾ ਨਿਸ਼ਾਨ ਹੈ ਬਾਕੀ ਮੱਤਾਂ ਝੂਠੀਆਂ ਨੇ ਸਾਡੀ ਮੱਤ ਸੱਚੀ ਹੈ ਖਾਲਸਾ ਕੀ ਹੈ ਅਕਾਲ ਪੁਰਖ ਕੀ ਫੌਜ ਹੈ ਫੌਜ ਹੈ ਕੋਈ ਰਾਜਾ ਥੋੜ੍ਹੀ ਹੈ ਕੋਈ ਰਾਜਾ ਤਾਂ ਕੋਈ ਵੀ ਨਹੀਂ ਤਾਂ ਫੌਜ ਹੈ ਨਿਸ਼ਾਨ ਕਿਹਦਾ ਨਿਸ਼ਾਨ ਉਹਦਾ ਸੱਚ ਦਾ ਨਿਸ਼ਾਨ ਤਾਂ ਸੱਚ ਦਾ ਰਾਜਾ ਨਹੀਂ ਕੋਈ ਹੈਗਾ ਫੌਜ ਹੈ ਤਾਂ ਫੌਜ ਤਾਂ ਰਾਜ ਵਾਸਤੇ ਲੜਦੀ ਮਰਦੀ ਹੁੰਦੀ ਹੈ ਰਾਜੇ ਵਾਸਤੇ ਲੜਦੀ ਮਰਦੀ ਹੈ ਫੌਜ ਦਾ ਕੀ ਹੈ ਰੋਟੀ ਪਾਣੀ ਤਾਂ ਰੱਖੀ ਫੌਜ ਹੈ ਸਾਰੀ ਫੌਜ ਹੈ ਸਾਰੀ ਮਾਲਕ ਕੋਈ ਨਹੀਂ ਰਾਜ ਦਾ ਮਾਲਕ ਤਾਂ ਆਪ ਹੈ ਇਹ ਉਹਦਾ ਨਿਸ਼ਾਨ ਹੈ ਗੁਰੂ ਨਾਨਕ ਨੇ ਨਿਸ਼ਾਨ ਫੇਰਿਆ ਹੈ ਸਾਰਿਆਂ ਨੂੰ ਜਿੱਤ ਕੇ ਆਇਆ ਬਾਅਦ 'ਚ ਵੀ ਗੁਰੂ ਚੌਂਕ ਜਾਂਦੇ ਰਹਿੰਦੇ ਗਿਆਨ ਚਰਚਾ ਕਰਦੇ ਰਹਿੰਦੇ ਕੋਈ ਆਪ ਕੋਈ ਜਿੱਤੋ ਇਸ ਕਰਕੇ ਸਿੱਖੀ ਦੇ ਨਿਸ਼ਾਨ ਨੂੰ ਸਿੱਖੀ ਨੂੰ ਸਭ ਤੋਂ ਉੱਪਰ ਕੀਤਾ ਉਹਨਾਂ ਨੇ ਫਿਰ ਤੁਰ ਕੇ ਸਾਰੇ ਗਿਆਨ ਚਰਚਾ ਕਰਕੇ ਅਸੀਂ ਤਾਂ ਸਮਾਂ ਰੋਲੀ ਹੈ ਅਸੀਂ ਤਾਂ ਜਿਹੜੀ ਇਹਦੀ ਮਿੱਟੀ ਪਲੀ ਤਾਂ ਕੀਤੀ ਹੈ ਸਿੱਖੀ ਦੀ ਸਿੱਖਾਂ ਨੇ ਆਪਣੀ ਕੀਤੀ ਹੈ ਸਿੱਖੀ ਦੀ ਮਿੱਟੀ ਪਲੀ ਤਾਂ ਫਿਰ ਕੀ ਹੋਊਗੀ ਕਿਉਂ ਹੋਊਗੀ ਅਸੀਂ ਆਪਣੀ ਮਿੱਟੀ ਬਲੀਤ ਕੀਤੀ ਹੈ ਆਪ ਹੀ ਸਿੱਖ ਨਹੀਂ ਰਹੇ ਸਿੱਖੀ ਦਾ ਗੁਰਬਾਣੀ ਦੇ ਵਿੱਚ ਪਹੀਆ ਜਿਉਂਦੇ ਤਿਉਂ ਉਹਦਾ ਕੀ ਵਿਗੜਿਆ ਸਿੱਖੀ ਨੂੰ ਛੱਡ ਕੇ ਮਿੱਟੀ ਬਲੀਤ ਆਪਣੀ ਹੋਈ ਹੈ ਸਿੱਖੀ ਤਾਂ ਫਿਰ ਵੀ ਗ੍ਰੰਥਾਂ ਦੇ ਵਿੱਚ ਹੈ ਗ੍ਰੰਥਾਂ 'ਚ ਹੀ ਕਬੀਰ ਸਿੱਖ ਬਣ ਗਿਆ ਖੋਜ ਲਈ ਉਹਨੇ ਕੋਈ ਖੋਜ ਲਓ ਵੀਰੇ ਜਵਾਰਾ ਸਮੁੰਦਰ 'ਚ ਪਏ ਨੇ ਕੋਈ ਕੱਢ ਲਓ ਜਾ ਕੇ ਜੇ ਕੋਈ ਆਪਣੇ ਵੀ ਚੱਕ ਕੇ ਬੋਰੀ ਉੱਥੇ ਸਿੱਟਿਆ ਹੋਊਗਾ ਕਿਸੇ ਨੂੰ ਤਾਂ ਕੋਈ ਨੁਕਸਾਨ ਨਹੀਂ ਹੈ ਸਿੱਟਿਆ ਫਿਰ ਜੇ ਗੁਰੂ ਨੂੰ ਕੋਈ ਸਿੱਖੀ ਮੋੜਿਆ ਉਹ ਘਰ ਜਾ ਕੇ ਉਹਦੇ ਵੀ ਮੈਨੂੰ ਨਹੀਂ ਚਾਹੀਦੀ ਮੇਰਾ ਵਾਦੇ ਆਊਗਾ ਅਤੇ ਗੁਰੂ ਦਾ ਕੋਈ ਨਹੀਂ ਵਿਗੜਦਾ ਕਿਸੇ ਦਾ ਕੀ ਵਿਗੜਦਾ ਇਹਦੇ ਵਿੱਚ ਉਹ ਸਿੱਖੀ ਤੋਂ ਖਾਲੀ ਹੋ ਜੂਗਾ ਉਹੀ ਖਾਲੀ ਹੋਊ ਕਿਸੇ ਦਾ ਕੋਈ ਨਹੀਂ ਵਿਗੜਦਾ ਅਜੈ ਜੈ ਕਿਤੇ ਜਿਹੜੇ ਅਜਾਇਬ ਸੀ ਨਾ ਨਹੀਂ ਜਿੱਤੇ ਜਾ ਸਕਦੇ ਸੀ ਗਿਆਨ ਚਰਚਾ ਨਾਲ ਕਿਤੋਂ ਵੀ ਅਜਾਇਬ ਜਿਹੜੇ ਸੀ ਨਹੀਂ ਜਿੱਤੇ ਜਾ ਸਕਦੇ ਸੀ ਨਾ ਕਹਿੰਦੇ ਵੀ ਇਹਨੂੰ ਨਹੀਂ ਕੋਈ ਜਿੱਤ ਸਕਦਾ ਉਹ ਜਿੱਤ ਲੇ ਜਿੱਤੇ ਇਹੋ ਜਿਹੇ ਕੇਸਾਂ ਦੇ ਫੜ ਕੇ ਬਹੁਤ ਦੂਰ ਪਛਾੜ ਕੇ ਸੁੱਟ ਜਿਵੇਂ ਕਿਸੇ ਨੂੰ ਖਾੜੇ ਚੋਂ ਬਾਹਰ ਮਾਰ ਨਾ ਕੱਢ ਕੇ ਬੜੇ ਬੜੇ ਚੁਣਸੂਰ ਮੈਂ ਕਹਿ ਕੇਸੀ ਦਏ ਚਲਾਏ ਕੇ ਰਣਕਾਲੀ ਗੁੱਸਾ ਖਾਏ ਕੇ ਜਿਹੜੇ ਬੜੇ ਬੜੇ ਸੂਰਮੇ ਸੀ ਨਾ ਕੇਸ ਫੜ ਕੇ ਭਗਾ ਕੇ ਹੀ ਮਾਰੇ ਇੱਡੀ ਦੂਰ ਭਗਾ ਕੇ ਮਾਰੇ ਪਤਾ ਹੀ ਨਹੀਂ ਲੱਗਾ ਕਿੱਥੇ ਚਲੇ ਗਏ ਕਹਿ ਕੇਸੀ ਦਏ ਚਲਾਏ ਕੇ ਚਲਾ ਕੇ ਮਾਰੇ ਆਪਾਂ ਕਹਿੰਦੇ ਚਲਾ ਕੇ ਮਾਰੇ ਕਿਸੇ ਬੰਦੇ ਨੂੰ ਕੇਸਾਂ ਤੋਂ ਫੜ ਕੇ ਚਲਾ ਕੇ ਮਾਰਨਾ ਜਵਾਕ ਨਹੀਂ ਚਾਹ ਚਲਾ ਕੇ ਵੱਜਦਾ ਸੱਚੇ ਤਾਂ ਕੇਸ ਕੀ ਕਿਵੇਂ ਚਲਾ ਕੇ ਮਾਰੇ ਉਹਨਾਂ ਦੀ ਸੁਰਤ ਫੜ ਲਈ ਸੁਰਤ
सुरत फड़ ली, उत्तों ही फड़ ली सुरत जिथे उन्हें बोलना सी उदों पहलां। जदों तुसीं सुरत नहीं ना फड़ सकते किसी की, जिहड़ा सवाल करता है भी तेरा सवाल ये गलत है, उन्ना चिर उन्हें जित नहीं सकते, क्योंकि जिहड़ा भरम ज्ञानी सवाल करूगा सवाल ये गलत होगा। जो सवाल उन्हें ठीक करता फिर तो उहदे कोल जवाब ठीक है, सवाल ही नहीं ठीक होता जिहड़ा तुहानूं गल अड़ाउणी पाउंदा ना वो तुहाडे सामने शंका, उहदी शंका जे दोख हुंदा तुसीं उहदी शंका नूं सच मान के उहदा जवाब देण लग जांदे हो, जवाब देण लग जांदे हो। उहदी शंका जिहड़ी है उहनूं देखो जे दोख है उहनूं कहिंदे तेरी शंका बणदी होई नहीं, ऐं कह कोटी दे चलाए के सवाल जिन्ने उठे सवाल ही नहीं बनता तेरा, है तो सवाल ही गलत है। सच ते कौन उंगली कौन बैठा दू, सच ते उंगली उठती हो नहीं होती, जिहड़ा सच नाल सहमति तो हो सकती है, सच के खिलाफ उंगली नहीं उठती होती, जिहड़ा सच के खिलाफ उंगली उठाउंदा उंगली वो गलत होती है, उन उंगली नूं उत्थे फड़ के मरोड़दी दा, इधर उंगली उठती हो नहीं, झूठ वाल उंगली उठू सच वाल उंगली किवें उठू, सच वालों तो उठे नहीं सकती उंगली। हाँ जी, जयंती तुही मंगला रूप काली, जे अंती तुही जित प्राप्त करने वाली तू हार का सवाल ही पैदा नहीं होता। जे गुरमत हैगी है हर मैदान फतेह, वो की कहते हैं हर मैदान फतेह, गुरमत की है जी ऊ फतेह ना लड़ाई च पचास सौ सिंह भजते रहे हैं, हर मैदान फतेह बाल ही बाल ही नहीं होंगी होंगी हर मैदान फतेह, हर मैदान फतेह गुरमत की हुई है सिर्फ, होर कितने नहीं हर मैदान फतेह, जी बाल ही लड़ाई है ना वो हर मैदान फतेह कद हुई है, शिवकौर साहब हुई है, सरसद हुई है, कई जगह उन्होंने फतेह हुई कई जगह अपनी भी पिछे हटना पै गया, ये सारी लड़ाई होर गल है। आ हर मैदान फतेह है ये सवाल ही नहीं पैदा होता गुरमत वाला कितने हार जाए हार के आ जाए, गुरमत किवें हार जूगी, चिंडी किवें हार जूगी, ये जितने नाल जाऊगी ये जंग करूगी ज्यादा बोलूगी ये फतेह ही करके आऊगी, हर मैदान फतेह ये जुड़ी हुई है गल, संसारी जंग ना नहीं जुड़ी हुई, मूर्ख ने संसारी जंग ना जोड़ ली, संसारी जंग ना तो जुड़े नहीं सकती ये गल, मुक्तसर दे जंग चो फौजां ही मुड़े आईयां पिछे, मजबूरी सी पाणी है नहीं सी फिर भी चाली सिंह सी शहीद हो गए, फतेह तो उन्होंने ही होगी, असीं किवें कह सकते। असल दे विच सच नूं फेस करन दी शक्ति साढ़े चों नहीं रही, सच बोलना सिखां ने भी छड़ता, सिखां ने सच नूं मनना ही छड़ता, हर मैदान फतेह सच दी है, ये तो संसारी लड़ाई तो झूठी लड़ाई है, तो की है भाई जिहदे कोल हथियार चुके ने फौजां ज़्यादा ने दब के ले जाने की। जयंती तुही मंगला रूप काली, जयंती तुही मंगला रूप, जब जय होंगी है तो खुशी भी होंगी है, मंगला रूप है काली, जदों चंडी चरित्र के जित प्राप्त हो जाती है फिर वो देवते जय जयकार शब्द कथन गाने